ਚੰਡੀਗੜ੍ਹ ਦੇ ਵਿੱਚ ਹੋਏ ਦੇਰ ਰਾਤ ਫਾਇਰਿੰਗ ਮਾਮਲੇ ਨੂੰ ਲੈ ਕੇ ਨਿਊਜ਼ 18 ਦੇ ਕੋਲ ਐਕਸਕਲੂਸਿਵ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਹਦੇ ਵਿੱਚ ਜਿਹੜੀ ਗੱਡੀ ਦੇ ਵਿੱਚ ਇੱਕ ਟੈਕਸੀ ਗੱਡੀ ਹੈ ਜਿਸ ਨੇ ਵਾਰਦਾਤ ਤੋਂ ਠੀਕ ਪਹਿਲਾਂ ਚੰਡੀਗੜ੍ਹ ਦੇ ਇੱਕ ਪੈਟਰੋਲ ਪੰਪ ਦੇ ਵਿੱਚ ਪੈਟਰੋਲ ਫਿਲ ਕਰਾਇਆ ਸੀਗਾ। ਇਹ ਸੀਸੀਟੀਵੀ ਰਾਤ ਦੀ ਹੈ ਔਰ ਉਸ ਤੋਂ ਬਾਅਦ ਸਿੱਧਾ ਫੋਰਚੂਨਰ ਗੱਡੀ ਦੀ ਰੈਕੀ ਕੀਤੀ, ਜਿਹੜਾ ਫੋਰਚੂਨਰ ਸਵਾਰ ਸੀਗਾ ਜਿਹਦੇ ਤੇ ਫਾਇਰਿੰਗ ਕੀਤੀ ਹੈ ਉਹਦੀ ਰੈਕੀ ਕੀਤੀ ਔਰ ਟੈਕਸੀ ਤੇ ਡਰਾਈਵਰ ਸਮੇਤ ਦੋ ਲੋਕ ਹੋਰ ਸੀਗੇ, ਯਾਨੀ ਕਿ ਟੋਟਲ ਤਿੰਨ ਲੋਕ ਸੀਗੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਪੈਟਰੋਲ ਪੰਪ ਤੇ ਪੈਟਰੋਲ ਫਿਲ ਕਰਾਉਂਦੇ ਹੈ। ਉਸ ਤੋਂ ਬਾਅਦ ਤਸਵੀਰਾਂ 'ਚ ਵੀ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਜਿਹੜਾ ਹੈ ਉਹ ਗੱਡੀ 'ਚ ਨਿਕਲਦਾ ਨਜ਼ਰ ਆ ਰਿਹਾ, ਉਸ ਤੋਂ ਬਾਅਦ ਉਹ ਫਿਲ ਕਰਾਉਂਦਾ, ਇੱਕ ਹੋਰ ਮੁੰਡਾ ਬਾਹਰ ਆਉਂਦਾ ਹੈ ਆਪਸ 'ਚ ਤੋਂ ਗੱਲ ਕਰਦੇ ਔਰ ਉਸ ਤੋਂ ਬਾਅਦ ਫਿਲ ਕਰਾ ਕੇ ਸਿੱਧਾ ਨਿਕਲ ਜਾ ਰਿਹਾ। ਉਸ ਤੋਂ ਠੀਕ ਥੋੜ੍ਹੀ ਦੇਰ ਬਾਅਦ ਹੀ ਇਸੀ ਗੱਡੀ ਨੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਔਰ ਇਸ ਗੱਡੀ ਜਿਹੜੀ ਹੈਗੀ ਹੈ ਕਰਕੇ ਵਾਰਦਾਤ ਸਿੱਧਾ ਪੰਜਾਬ ਦੀ ਜਿਹੜੀ ਹੈ ਉੱਥੇ ਨਿਕਲ ਗਈ। ਹਾਲਾਂਕਿ ਟੀਮਾਂ ਜਿਹੜੀ ਹੈ ਉਹ ਗਈ ਹੈ, ਕਈ ਚੀਜ਼ਾਂ ਨੂੰ ਲੈ ਕੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ, ਕਈ ਕਲਿਊ ਪੁਲਿਸ ਦੇ ਹੱਥ ਲੱਗ ਗਿਆ, ਲੇਕਿਨ ਇਹ ਜਿਹੜੀ ਐਕਸਕਲੂਸਿਵ ਸੀਸੀਟੀਵੀ ਫੁਟੇਜ ਹੈ ਇਹਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਵਾਰਦਾਤ ਤੋਂ ਠੀਕ ਪਹਿਲਾਂ ਦੀ ਇਹ ਤਸਵੀਰਾਂ ਨੇ ਜਿੱਥੇ ਇਹ ਵਾਰਦਾਤ ਤੋਂ ਪਹਿਲਾਂ ਇਹਨਾਂ ਨੇ ਫਿਲ ਕਰਾਇਆ, ਉਸ ਤੋਂ ਬਾਅਦ ਫੋਰਚੂਨਰ ਗੱਡੀ ਦਾ ਪਿੱਛਾ ਕੀਤਾ। ਫੋਰਚੂਨਰ ਗੱਡੀ ਦਾ ਪਿੱਛਾ ਕਰਦੇ ਹੋਏ ਧਨਾਸ ਲੇਕ ਦੀ ਸਾਈਡ ਜਿਹੜਾ ਜੰਗਲ ਏਰੀਆ ਹੈ ਉੱਥੇ ਜਾ ਕੇ ਗੱਡੀ ਨਾਲ ਲਾ ਕੇ ਬਿਲਕੁਲ ਤਾਬੜ ਤੋੜ ਫਾਇਰਿੰਗ ਕਰਦੀ। ਹਾਲਾਂਕਿ ਰਾਹਤ ਦੀ ਇਹ ਗੱਲ ਹੈ ਕਿ ਜਿਹੜਾ ਫੋਰਚੂਨਰ ਚਾਲਕ ਹੈ ਉਹ ਬਾਲ ਬਾਲ ਬਚ ਗਿਆ, ਲੇਕਿਨ ਦੱਸਿਆ ਜਾ ਰਿਹਾ ਕਿ ਕੋਈ ਪੁਰਾਣੀ ਰੰਜਿਸ਼ ਆਪਸੀ ਰੰਜਿਸ਼ ਜਿਹੜੀ ਦੱਸੀ ਜਾ ਰਹੀ ਹੈ ਔਰ ਕੋਈ ਗੈਂਗਸਟਰ ਕਨੈਕਸ਼ਨ ਹੈਗਾ ਜਾਂ ਨਹੀਂ ਹੈਗਾ ਇਹ ਪੁਲਿਸ ਹੁਣ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ। ਲੇਕਿਨ ਬਹੁਤ ਕਹਿ ਸਕਦੇ ਕਿ ਇੱਕ ਬੇਖੌਫ ਤਰੀਕੇ ਦੇ ਨਾਲ ਬਿਲਕੁਲ ਗੱਡੀ ਲਾਉਣ ਲਾ ਕੇ ਇਹ ਫਾਇਰਿੰਗ ਕੀਤੀ, ਤਾਬੜ ਤੋੜ ਫਾਇਰਿੰਗ ਕੀਤੀ ਔਰ ਉਸ ਤੋਂ ਬਾਅਦ ਫਰਾਰ ਹੋ ਗਏ। ਚੰਡੀਗੜ੍ਹ ਦੇ ਵਿੱਚ ਹੋਏ ਦੇਰ ਰਾਤ ਫਾਇਰਿੰਗ ਮਾਮਲੇ ਨੂੰ ਲੈ ਕੇ ਨਿਊਜ਼ 18 ਦੇ ਕੋਲ ਐਕਸਕਲੂਸਿਵ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਹਦੇ ਵਿੱਚ ਜਿਹੜੀ ਗੱਡੀ ਦੇ ਵਿੱਚ ਇੱਕ ਟੈਕਸੀ ਗੱਡੀ ਹੈ ਜਿਸ ਨੇ ਵਾਰਦਾਤ ਤੋਂ ਠੀਕ ਪਹਿਲਾਂ ਚੰਡੀਗੜ੍ਹ ਦੇ ਇੱਕ ਪੈਟਰੋਲ ਪੰਪ ਦੇ ਵਿੱਚ ਪੈਟਰੋਲ ਫਿਲ ਕਰਾਇਆ ਸੀਗਾ। ਇਹ ਸੀਸੀਟੀਵੀ ਰਾਤ ਦੀ ਹੈ ਔਰ ਉਸ ਤੋਂ ਬਾਅਦ ਸਿੱਧਾ ਫੋਰਚੂਨਰ ਗੱਡੀ ਦੀ ਰੈਕੀ ਕੀਤੀ, ਜਿਹੜਾ ਫੋਰਚੂਨਰ ਸਵਾਰ ਸੀਗਾ ਜਿਹਦੇ ਤੇ ਫਾਇਰਿੰਗ ਕੀਤੀ ਹੈ ਉਹਦੀ ਰੈਕੀ ਕੀਤੀ ਔਰ ਟੈਕਸੀ ਤੇ ਡਰਾਈਵਰ ਸਮੇਤ ਦੋ ਲੋਕ ਹੋਰ ਸੀਗੇ, ਯਾਨੀ ਕਿ ਟੋਟਲ ਤਿੰਨ ਲੋਕ ਸੀਗੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਪੈਟਰੋਲ ਪੰਪ ਤੇ ਪੈਟਰੋਲ ਫਿਲ ਕਰਾਉਂਦੇ ਹੈ। ਉਸ ਤੋਂ ਬਾਅਦ ਤਸਵੀਰਾਂ 'ਚ ਵੀ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਜਿਹੜਾ ਹੈ ਉਹ ਗੱਡੀ 'ਚ ਨਿਕਲਦਾ ਨਜ਼ਰ ਆ ਰਿਹਾ, ਉਸ ਤੋਂ ਬਾਅਦ ਉਹ ਫਿਲ ਕਰਾਉਂਦਾ, ਇੱਕ ਹੋਰ ਮੁੰਡਾ ਬਾਹਰ ਆਉਂਦਾ ਹੈ ਆਪਸ 'ਚ ਤੋਂ ਗੱਲ ਕਰਦੇ ਔਰ ਉਸ ਤੋਂ ਬਾਅਦ ਫਿਲ ਕਰਾ ਕੇ ਸਿੱਧਾ ਨਿਕਲ ਜਾ ਰਿਹਾ। ਉਸ ਤੋਂ ਠੀਕ ਥੋੜ੍ਹੀ ਦੇਰ ਬਾਅਦ ਹੀ ਇਸੀ ਗੱਡੀ ਨੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਔਰ ਇਸ ਗੱਡੀ ਜਿਹੜੀ ਹੈਗੀ ਹੈ ਕਰਕੇ ਵਾਰਦਾਤ ਸਿੱਧਾ ਪੰਜਾਬ ਦੀ ਜਿਹੜੀ ਹੈ ਉੱਥੇ ਨਿਕਲ ਗਈ। ਹਾਲਾਂਕਿ ਟੀਮਾਂ ਜਿਹੜੀ ਹੈ ਉਹ ਗਈ ਹੈ, ਕਈ ਚੀਜ਼ਾਂ ਨੂੰ ਲੈ ਕੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ, ਕਈ ਕਲਿਊ ਪੁਲਿਸ ਦੇ ਹੱਥ ਲੱਗ ਗਿਆ, ਲੇਕਿਨ ਇਹ ਜਿਹੜੀ ਐਕਸਕਲੂਸਿਵ ਸੀਸੀਟੀਵੀ ਫੁਟੇਜ ਹੈ ਇਹਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਵਾਰਦਾਤ ਤੋਂ ਠੀਕ ਪਹਿਲਾਂ ਦੀ ਇਹ ਤਸਵੀਰਾਂ ਨੇ ਜਿੱਥੇ ਇਹ ਵਾਰਦਾਤ ਤੋਂ ਪਹਿਲਾਂ ਇਹਨਾਂ ਨੇ ਫਿਲ ਕਰਾਇਆ, ਉਸ ਤੋਂ ਬਾਅਦ ਫੋਰਚੂਨਰ ਗੱਡੀ ਦਾ ਪਿੱਛਾ ਕੀਤਾ। ਫੋਰਚੂਨਰ ਗੱਡੀ ਦਾ ਪਿੱਛਾ ਕਰਦੇ ਹੋਏ ਧਨਾਸ ਲੇਕ ਦੀ ਸਾਈਡ ਜਿਹੜਾ ਜੰਗਲ ਏਰੀਆ ਹੈ ਉੱਥੇ ਜਾ ਕੇ ਗੱਡੀ ਨਾਲ ਲਾ ਕੇ ਬਿਲਕੁਲ ਤਾਬੜ ਤੋੜ ਫਾਇਰਿੰਗ ਕਰਦੀ। ਹਾਲਾਂਕਿ ਰਾਹਤ ਦੀ ਇਹ ਗੱਲ ਹੈ ਕਿ ਜਿਹੜਾ ਫੋਰਚੂਨਰ ਚਾਲਕ ਹੈ ਉਹ ਬਾਲ ਬਾਲ ਬਚ ਗਿਆ, ਲੇਕਿਨ ਦੱਸਿਆ ਜਾ ਰਿਹਾ ਕਿ ਕੋਈ ਪੁਰਾਣੀ ਰੰਜਿਸ਼ ਆਪਸੀ ਰੰਜਿਸ਼ ਜਿਹੜੀ ਦੱਸੀ ਜਾ ਰਹੀ ਹੈ ਔਰ ਕੋਈ ਗੈਂਗਸਟਰ ਕਨੈਕਸ਼ਨ ਹੈਗਾ ਜਾਂ ਨਹੀਂ ਹੈਗਾ ਇਹ ਪੁਲਿਸ ਹੁਣ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ। ਲੇਕਿਨ ਬਹੁਤ ਕਹਿ ਸਕਦੇ ਕਿ ਇੱਕ ਬੇਖੌਫ ਤਰੀਕੇ ਦੇ ਨਾਲ ਬਿਲਕੁਲ ਗੱਡੀ ਲਾਉਣ ਲਾ ਕੇ ਇਹ ਫਾਇਰਿੰਗ ਕੀਤੀ, ਤਾਬੜ ਤੋੜ ਫਾਇਰਿੰਗ ਕੀਤੀ ਔਰ ਉਸ ਤੋਂ ਬਾਅਦ ਫਰਾਰ ਹੋ ਗਏ। ਚੰਡੀਗੜ੍ਹ ਦੇ ਵਿੱਚ ਹੋਏ ਦੇਰ ਰਾਤ ਫਾਇਰਿੰਗ ਮਾਮਲੇ ਨੂੰ ਲੈ ਕੇ ਨਿਊਜ਼ 18 ਦੇ ਕੋਲ ਐਕਸਕਲੂਸਿਵ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਹਦੇ ਵਿੱਚ ਜਿਹੜੀ ਗੱਡੀ ਦੇ ਵਿੱਚ ਇੱਕ ਟੈਕਸੀ ਗੱਡੀ ਹੈ ਜਿਸ ਨੇ ਵਾਰਦਾਤ ਤੋਂ ਠੀਕ ਪਹਿਲਾਂ
ਚੰਡੀਗੜ੍ਹ ਦੇ ਇੱਕ ਪੈਟਰੋਲ ਪੰਪ ਦੇ ਵਿੱਚ ਪੈਟਰੋਲ ਫਿਲ ਕਰਾਇਆ ਸੀਗਾ। ਇਹ ਸੀਸੀਟੀਵੀ ਰਾਤ ਦੀ ਹੈ ਔਰ ਉਸ ਤੋਂ ਬਾਅਦ ਸਿੱਧਾ ਫੋਰਚੂਨਰ ਗੱਡੀ ਦੀ ਰੈਕੀ ਕੀਤੀ, ਜਿਹੜਾ ਫੋਰਚੂਨਰ ਸਵਾਰ ਸੀਗਾ ਜਿਹਦੇ ਤੇ ਫਾਇਰਿੰਗ ਕੀਤੀ ਹੈ ਉਹਦੀ ਰੈਕੀ ਕੀਤੀ ਔਰ ਟੈਕਸੀ ਤੇ ਡਰਾਈਵਰ ਸਮੇਤ ਦੋ ਲੋਕ ਹੋਰ ਸੀਗੇ, ਯਾਨੀ ਕਿ ਟੋਟਲ ਤਿੰਨ ਲੋਕ ਸੀਗੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਪੈਟਰੋਲ ਪੰਪ ਤੇ ਪੈਟਰੋਲ ਫਿਲ ਕਰਾਉਂਦੇ ਹੈ। ਉਸ ਤੋਂ ਬਾਅਦ ਤਸਵੀਰਾਂ 'ਚ ਵੀ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਜਿਹੜਾ ਹੈ ਉਹ ਗੱਡੀ 'ਚ ਨਿਕਲਦਾ ਨਜ਼ਰ ਆ ਰਿਹਾ, ਉਸ ਤੋਂ ਬਾਅਦ ਉਹ ਫਿਲ ਕਰਾਉਂਦਾ, ਇੱਕ ਹੋਰ ਮੁੰਡਾ ਬਾਹਰ ਆਉਂਦਾ ਹੈ, ਆਪਸ 'ਚ ਤੋਂ ਗੱਲ ਕਰਦੇ ਔਰ ਉਸ ਤੋਂ ਬਾਅਦ ਫਿਲ ਕਰਾ ਕੇ ਸਿੱਧਾ ਨਿਕਲ ਜਾ ਰਿਹਾ। ਉਸ ਤੋਂ ਠੀਕ ਥੋੜ੍ਹੀ ਦੇਰ ਬਾਅਦ ਹੀ ਇਸੇ ਗੱਡੀ ਨੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਔਰ ਇਸ ਗੱਡੀ ਜਿਹੜੀ ਹੈਗੀ ਹੈ ਕਰਕੇ ਵਾਰਦਾਤ ਸਿੱਧਾ ਪੰਜਾਬ ਦੀ ਜਿਹੜੀ ਹੈ ਉੱਥੇ ਨਿਕਲ ਗਈ। ਹਾਲਾਂਕਿ ਟੀਮਾਂ ਜਿਹੜੀ ਹੈ ਉਹ ਗਈ ਹੈ, ਕਈ ਚੀਜ਼ਾਂ ਨੂੰ ਲੈ ਕੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ, ਕਈ ਕਲਿਊ ਪੁਲਿਸ ਦੇ ਹੱਥ ਲੱਗ ਗਿਆ, ਲੇਕਿਨ ਇਹ ਜਿਹੜੀ ਐਕਸਕਲੂਸਿਵ ਸੀਸੀਟੀਵੀ ਫੁਟੇਜ ਹੈ ਇਹਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਵਾਰਦਾਤ ਤੋਂ ਠੀਕ ਪਹਿਲਾਂ ਦੀ ਇਹ ਤਸਵੀਰਾਂ ਨੇ ਜਿੱਥੇ ਇਹ ਵਾਰਦਾਤ ਤੋਂ ਪਹਿਲਾਂ ਇਹਨਾਂ ਨੇ ਫਿਲ ਕਰਾਇਆ, ਉਸ ਤੋਂ ਬਾਅਦ ਫੋਰਚੂਨਰ ਗੱਡੀ ਦਾ ਪਿੱਛਾ ਕੀਤਾ। ਫੋਰਚੂਨਰ ਗੱਡੀ ਦਾ ਪਿੱਛਾ ਕਰਦੇ ਹੋਏ ਧਨਾਸ ਲੇਕ ਦੀ ਸਾਈਡ ਜਿਹੜਾ ਜੰਗਲ ਏਰੀਆ ਹੈ ਉੱਥੇ ਜਾ ਕੇ ਗੱਡੀ ਨਾਲ ਲਾ ਕੇ ਬਿਲਕੁਲ ਤਾਬੜ ਤੋੜ ਫਾਇਰਿੰਗ ਕਰਦੀ। ਹਾਲਾਂਕਿ ਰਾਹਤ ਦੀ ਇਹ ਗੱਲ ਹੈ ਕਿ ਜਿਹੜਾ ਫੋਰਚੂਨਰ ਚਾਲਕ ਹੈ ਉਹ ਬਾਲ ਬਾਲ ਬਚ ਗਿਆ, ਲੇਕਿਨ ਦੱਸਿਆ ਜਾ ਰਿਹਾ ਕਿ ਕੋਈ ਪੁਰਾਣੀ ਰੰਜਿਸ਼ ਆਪਸੀ ਰੰਜਿਸ਼ ਜਿਹੜੀ ਦੱਸੀ ਜਾ ਰਹੀ ਹੈ ਔਰ ਕੋਈ ਗੈਂਗਸਟਰ ਕਨੈਕਸ਼ਨ ਹੈਗਾ ਜਾਂ ਨਹੀਂ ਹੈਗਾ ਇਹ ਪੁਲਿਸ ਹੁਣ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ। ਲੇਕਿਨ ਬਹੁਤ ਕਹਿ ਸਕਦੇ ਕਿ ਇੱਕ ਬੇਖੌਫ ਤਰੀਕੇ ਦੇ ਨਾਲ ਬਿਲਕੁਲ ਗੱਡੀ ਲਾ ਕੇ ਇਹ ਫਾਇਰਿੰਗ ਕੀਤੀ, ਤਾਬੜ ਤੋੜ ਫਾਇਰਿੰਗ ਕੀਤੀ ਔਰ ਉਸ ਤੋਂ ਬਾਅਦ ਫਰਾਰ ਹੋ ਗਏ।